ਦੋਸਤੋ ਅੱਜਕੱਲ੍ਹ ਵਾਸ਼ਿੰਗ ਮਸ਼ੀਨ ਤਾਂ ਲਗਭਗ ਹਰੇਕ ਘਰੇ ਹੈਗੀ ਆ 100 ਦੇ ਵਿੱਚੋਂ 80 ਘਰਾਂ ਦੇ ਵਿੱਚ ਤਾਂ ਵਾਸ਼ਿੰਗ ਮਸ਼ੀਨ ਹੈਗੀ ਹੈ ਹਨਾ ਤੇ ਐਵੇਂ ਕੀ ਜਿਵੇਂ ਆਪਾਂ ਕਾਰ ਜੀ ਮੋਟਰਸਾਈਕਲ ਦੀ ਸਰਵਿਸ ਕਰਾਉਨੇ ਨਾ ਟਾਈਮ ਟੂ ਟਾਈਮ ਉਵੇਂ ਇਸ ਵਾਸ਼ਿੰਗ ਮਸ਼ੀਨ ਦੀ ਵੀ ਸਰਵਿਸ ਹੁੰਦੀ ਹੈ ਜਿਹੜੀ ਕਿ ਸਮੇਂ-ਸਮੇਂ ਤੇ ਕਰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਮਸ਼ੀਨ ਲੰਮੇ ਸਮੇਂ ਤੱਕ ਚੱਲਦੀ ਹੈ ਤੇ ਕੋਈ ਖਰਾਬੀ ਨਹੀਂ ਆਉਂਦੀ ਤੇ ਬੰਦ ਵੀ ਨਹੀਂ ਛੱਡਦੀ ਵੀ ਨਹੀਂ ਤੇ ਇਹਦੇ ਚਾਹਨਾ ਅੰਦਰ ਦੋ ਫਿਲਟਰ ਲੱਗੇ ਹੁੰਦੇ ਆ ਜੇ ਆਪਾਂ ਸਰਵਿਸ ਕੇ ਤੋਂ ਪਾਸਿਓਂ ਕਰਾਉਣੇ ਤਾਂ ਉਹ ਤੇ ਲੱਗਦੇ ਭਾਈ ਰੁਪਈਏ ਪਰ ਘਰੇ ਕਰਨ ਦਾ ਤਰੀਕਾ ਦੱਸਣ ਲੱਗੇ ਆ ਇਹਦੇ ਵਿੱਚ ਦੋ ਫਿਲਟਰ ਲੱਗੇ ਹੁੰਦੇ ਆ ਜਾਲੀਆਂ ਹੀ ਆ ਆ ਤੁਸੀਂ ਦੇਖ ਸਕਦੇ ਹੋ ਮੈਜਿਕ ਫਿਲਟਰ ਲਿਖਿਆ ਹੋਊਗਾ ਇਹਨੂੰ ਅੰਗੂਠੇ ਨਾਲ ਹਲਕਾ ਜਿਹਾ ਪ੍ਰੈਸ ਕਰਕੇ ਆਪਾਂ ਇਹਨੂੰ ਚੱਕ ਲੈਣਾ ਉੱਪਰ ਨੂੰ ਤਾਂ ਨਿਕਲ ਜੂਗਾ ਲੋਕ ਜਿਹਾ ਲੱਗਿਆ ਹੁੰਦਾ ਤਾਂ ਦੇਖੋ ਤੁਸੀਂ ਕਿੰਨੀ ਗੰਦਗੀ ਭਰੀ ਹੈ ਤਾਂ ਇਸ ਤੋਂ ਬਾਅਦ ਦੇ ਵਿੱਚ ਕੀ ਹੈ ਕਿ ਇਹਨੂੰ ਨਾ ਇਹਦੇ ਉੱਪਰ ਜਿਵੇਂ ਇੱਕ ਖੁੱਲਦਾ ਹੁੰਦਾ ਆ ਦੇਖੋ ਤੁਸੀਂ ਇਹਨੂੰ ਆਪਾਂ ਇਦਾਂ ਕਰਕੇ ਖੋਲ ਲੈਣਾ ਤਾਂ ਦੇਖੋ ਤੁਸੀਂ ਵਿੱਚ ਕਿੰਨੀ ਗੰਦਗੀ ਭਰੀ ਹੋਈ ਹੈ ਤੇ ਐਵੇਂ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਤਾਂ ਆ ਪਹਿਲੀ ਵਾਰੀ ਸਰਵਿਸ ਕਰਨ ਲੱਗਿਆ ਸੀ ਮਸ਼ੀਨ ਦੀ ਇਸ ਕਰਕੇ ਇੰਨੀ ਗੰਦਗੀ ਜੇ ਹੋ ਸਕਦਾ ਇਹਨੂੰ ਘੱਟੋ ਘੱਟ ਕਿੰਨੇ ਸਾਲ ਹੀ ਹੋ ਗਏ ਲਈ ਨੂੰ ਤਾਂ ਇੰਨੀ ਜ਼ਿਆਦਾ ਗੰਦਗੀ ਹੈ ਜੇਕਰ ਆਪਾਂ ਥੋੜੇ ਥੋੜੇ ਘੱਟੋ ਘੱਟ ਜਿਵੇਂ ਸਾਲ ਦੇ ਵਿੱਚ ਆਪਾਂ ਮਤਲਬ ਕਿ ਵੀ ਮਤਲਬ ਮਹੀਨੇ-ਮਹੀਨੇ ਬਾਅਦ ਵੀ ਆਪ ਕਰੀਏ ਤਾਂ ਇੰਨੀ ਗੰਦਗੀ ਜੰਮਦੀ ਨਹੀਂ ਤੇ ਬਾਕੀ ਦੇਖੋ ਤੁਸੀਂ ਇਹਦੇ ਵਿੱਚ ਕਿੰਨੀ ਗੰਦਗੀ ਹੈ ਤਾਂ ਆਪ ਸਭ ਨੂੰ ਤਾਂ ਦੱਸਿਆ ਸੀ ਭਾਈ ਕਿਸੇ ਨੇ ਵੀ ਐਂ ਕਰਕੇ ਸਰਵਿਸ ਹੋ ਜਾਂਦੀ ਮਸ਼ੀਨ ਦੀ ਤਾਂ ਸੋਚਿਆ ਵੀ ਤੁਹਾਡੇ ਦਰਸ਼ਕਾਂ ਨਾਲ ਸਾਂਝੀ ਕਰ ਦਈਏ ਤਾਂ ਕਿ ਤੇ ਡਰ ਰੁਪਈਏ ਬਚ ਜਾਣ ਕਿਉਂਕਿ ਮਹਿੰਗਾਈ ਬਹੁਤ ਆ ਤੇ ਅੱਜ ਕੱਲ ਰੁਪਿਆ ਰੁਪਿਆ ਜਿੱਥੋਂ ਬਚਦਾ ਬਚਾਓ ਭਰਾਵੋ ਆਪਾਂ ਤਾਂ ਇਹ ਕਹਿੰਨੇ ਆ ਦੇਖੋ ਤੁਸੀਂ ਕਿੰਨੀ ਗੰਦਗੀ ਦੇ ਵਿੱਚ ਤੇ ਇਹ ਮਸ਼ੀਨ ਨੂੰ ਘੱਟੋ ਘੱਟ ਹੋ ਗਏ 3 ਕਸਾਲ ਹੋ ਗਏ ਤੇ 3 ਕਸਾਲਾਂ ਦੀ ਇਹ ਇੰਨੀ ਗੰਦਗੀ ਆ ਤੇ ਇਹ ਦੇਖਿਆ ਕੀ ਆ ਕਿ ਜੇਕਰ ਤੁਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੋ ਤਾਂ ਇੰਨੀ ਗੰਦਗੀ ਨਹੀਂ ਭਰੂਗੀ ਇਹਦੇ ਵਿੱਚ ਕੱਪੜਿਆਂ ਦੀ ਜਾਂ ਕੋਈ ਕਾਗਜ਼ ਜਾਂ ਕੋਈ ਗੰਦਗੀ ਵਗੈਰਾ ਹੁੰਦੀ ਆ ਉਹਦੇ ਵਿੱਚ ਇਨ ਨੂੰ ਆਪਾਂ ਇੱਕ ਰਿ ਖੁੱਲਾ ਪਾਣੀ ਮਾਰ ਕੇ ਮੋਟਾ-ਮੋਟਾ ਜਿਹੜਾ ਇਹਨਾਂ ਦੀ ਗੰਦਗੀ ਆ ਇਹਨੂੰ ਆਪਾਂ ਵਾਸ਼ ਕਰ ਲਾਂਗੇ ਤੇ ਵੀਰੋ ਬਹੁਤ ਹੀ ਸੌਖਾ ਜਿਹਾ ਤਰੀਕਾ ਹੈਗਾ ਕੋਈ ਮਤਲਬ ਕਿ ਘੱਟੋ-ਘੱਟ 15 ਮਿੰਟ ਲੱਗਦੇ ਆ ਮੋਸਟਲੀ ਵੀਡੀਓ ਮੈਂ ਫਾਸਟ ਕੀਤੀ ਹੋਈ ਹੈ ਤਾਂ ਕਿ ਆਪਣਾ ਦੇਖਣ ਵਾਲੇ ਦਾ ਟਾਈਮ ਘੱਟ ਲੱਗੇ ਕਿਉਂਕਿ ਟਾਈਮ ਵੀ ਕੀਮਤੀ ਹੈ ਤਾਂ ਤੁਸੀਂ ਕੋਈ ਪੁਰਾਣਾ ਜਿਹਾ ਬਰਸ਼ ਲੈ ਲੈਣਾ ਘਰੇ ਆਪਣੇ ਪਿਆ ਹੀ ਹੁੰਦਾ ਦੰਦਾਂ ਤੇ ਕਰਨ ਵਾਲਾ ਬਰਸ਼ ਲੈ ਲੈਣਾ ਪੁਰਾਣਾ ਜਿਹਾ ਕੋਈ ਨਵਾਂ ਵੀ ਲੈ ਸਕਦੇ ਕੋਈ ਚੱਕਰ ਨਹੀਂ ਪਰ ਦੁਬਾਰਾ ਕਰੇ ਹੋਣਾ ਦੰਦਾਂ ਤੇ ਉਹਦੇ ਨਾਲ ਕੀ ਹੈ ਕਿ ਉਦੋਂ ਚੰਗੀ ਤਰ੍ਹਾਂ ਸਫਾਈ ਹੋ ਜੂਗੀ ਤੇ ਜੋ ਵੀ ਜਿਵੇਂ ਵੀ ਤੁਹਾਨੂੰ ਸੈੱਟ ਲੱਗੇ ਜਿਵੇਂ ਤੁਹਾਡਾ ਦਿਲ ਕਰਦਾ ਕੋਈ ਕੱਪੜਾ ਲੈ ਲਓ ਜਾਂ ਕੋਈ ਹੋਰ ਕੋਈ ਐਵੇਂ ਪਰ ਬ੍ਰਸ਼ ਦੇ ਨਾਲ ਮੇਰੇ ਹਿਸਾਬ ਨਾਲ ਸਹੀ ਤਰੀਕਾ ਹੈ ਜਮਾਂ ਕਿਉਂਕਿ ਬ੍ਰਸ਼ ਦੀਆਂ ਜਿਹੜੀਆਂ ਇਹ ਜਿਹੜੇ ਦੰਦੇ ਜੇ ਤਾਰਾਂ ਜੀਆਂ ਚੰਗੀ ਤਰ੍ਹਾਂ ਵਿੱਚ ਵੜ ਕੇ ਸਫਾਈ ਕਰ ਦਿੰਦੀਆਂ ਇਹ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਐ ਰਗੜ ਰਗੜ ਕੇ ਰਗੜ ਰਗੜ ਕੇ ਸਾਰੀ ਗੰਦਗੀ ਜਿਹੜੀ ਫਿਲਟਰ ਆਪਾਂ ਮਤਲਬ ਫਿਲਟਰ ਨੂੰ ਫਿਲਟਰ ਕਰ ਦੇਣਾ ਫਿਲਟਰ ਮਸ਼ੀਨ ਨੂੰ ਫਿਲਟਰ ਕਰਦੇ ਪਾਣੇ ਨੂੰ ਆਪਾਂ ਫਿਰ ਆਪਾਂ ਫਿਲਟਰ ਨੂੰ ਫਿਲਟਰ ਕਰ ਦੇਣਾ ਤਾਂ ਦੇਖੋ ਤੁਸੀਂ ਕਿ ਕਿੰਨੀ ਹੈ ਇਹਦੇ ਵਿੱਚ ਗੰਦਗੀ ਜਿਹੜੀ ਜੰ ਤਾਂ ਉਹਨੂੰ ਮੈਂ ਬ੍ਰਸ਼ ਨਾਲ ਸਾਫ਼ ਕਰ ਰਿਹਾ ਹਾਂ ਤੇ ਪਾਣੀ ਮਾਰਤਾ ਤੇ ਦੇਖੋ ਤੁਸੀਂ ਕਿਵੇਂ ਇੱਕ ਜਮਾ ਇਹ ਸਾਫ਼ ਹੋ ਗਿਆ ਮੈਂ ਵੀਡੀਓ ਬਣਾਉਣ ਦੇ ਚੱਕਰ 'ਚ ਥੋੜਾ ਜਿਹਾ ਟਾਈਮ ਘਟ ਲਗਿਆ ਜੇਕਰ ਵੀ ਤੁਸੀਂ ਆਰਾਮ ਨਾ ਕਰਿਓ ਕੋਈ ਮਤਲਬ ਕਾਲੀ ਆਲੀ ਗੱਲ ਨਹੀਂ ਹੈ ਕਿ ਆਰਾਮ ਨਾ ਕਰਿਓ ਪੂਰਾ ਚੰਗੀ ਤਰ੍ਹਾਂ ਸਾਫ਼ ਕਰਕੇ ਜੇ ਲੱਗੋ ਇਹਦਾ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਇਹਦੇ ਵਿੱਚੋਂ ਸਾਰੀ ਆਪਾਂ ਜਿਹੜੀ ਗੰਦਗੀ ਬ੍ਰਸ਼ ਮਾਰ ਕੇ ਉਹ ਦੇਖਿਆ ਕਿ ਇਹਦੇ ਨਾਲ ਪੈਸੇ ਬਚ ਜਾਣਗੇ ਆਪਣੇ ਬਸ 15-20 ਮਿੰਟ ਆਪ ਥੋੜਾ ਜਿਹਾ ਮੱਥਾ ਮਾਰ ਲਿਓ ਬਾਕੀ ਇਹ ਤਾਂ ਕੋਈ ਬਾਲਾ ਗੱਡਾ ਧੱਕਣ ਵਾਲੀ ਗੱਲ ਨਹੀਂ ਕੰਮ ਸੌਖਾ ਹੀ ਹੈ ਇਸ ਤੋਂ ਇਲਾਵਾ ਦੋਸਤੋ ਜਿਹੜਾ واਸ਼ਿੰਗ ਮਸ਼ੀਨ ਦੇ ਵਿੱਚ ਵੀ ਆਪਾਂ ਜਿੱਥੋਂ ਇਹ ਫਿਲਟਰ ਕੱਢਿਆ ਉੱਥੇ ਵੀ ਬਰਸ਼ ਨਾਲ ਚੰਗੀ ਤਰ੍ਹਾਂ ਉੱਤੋਂ ਥੱਲੇੋਂ ਹਨਾ ਸਰਜੇ ਖੱਬੇ ਚੰਗੀ ਤਰ੍ਹਾਂ ਬਰਸ਼ ਮਾਰ ਕੇ ਸਫਾਈ ਕਰਦਣੀ ਇੱਥੇ ਵੀ ਗੰਦਗੀ ਜੰਮੀ ਹੁੰਦੀ ਪਾਣੀ ਜਿਹੜਾ ਥੱਲੇ ਆਪੇ ਡਰੇਨ ਨਹੀਂ ਥੱਲੇ ਦੀ ਮਤਲਬ ਵਗ ਜਾਊਗਾ ਜਿਹੜੀ ਪਿੱਛੇ ਪਾਈਪ ਲੱਗੀ ਹੁੰਦੀ ਹੈ ਇਹਨੂੰ ਵੀ ਚੰਗੀ ਤਰ੍ਹਾਂ ਖੁੱਲੇ ਪਾਣੀ ਨਾਲ ਅ ਮਤਲਬ ਕਿ ਆਰਾਮ ਨਾਲ ਸਾਫ ਕਰ ਲਓ ਜਿਹੜੀ ਪਾਈਪ ਨਾਲ ਆਉਂਦੀ ਮਸ਼ੀਨ ਦੇ ਪਾਣੀ ਵਾਲੇ ਚਿੱਟੇ ਜਿਹਾਂ ਦੀ ਪਤਲੀ ਜਿਹੜੀ ਮੈਂ ਹੱਥ ਫੜੀ ਆ ਭਾਵੇਂ ਇਸਤਨ ਵਾਲੀ ਕਰ ਲਿਓ ਇਹਦੇ ਨਾਲ ਪਾਣੀ ਘਟ ਮਤਲਬ ਡੁੱਲਦਾ ਇਸ ਤੋਂ ਬਾਅਦ ਜਿਹੜੇ ਫਿਲਟਰ ਆਪਾਂ ਸਾਫ ਕੀਤੇ ਸੀ ਇਹਨਾਂ ਨੂੰ ਆਰਾਮ ਨਾਲ ਇਹਨਾਂ ਦੀ ਜਗ੍ਹਾ ਤੇ ਆਪਾਂ ਫਿੱਟ ਕਰ ਦੇਣਾ ਕਾਲੀ ਨਹੀਂ ਕਰਨੀ ਇੱਕ ਅਦੇਵਰੀ ਨਾ ਲੱਗੇ ਤਾਂ ਕੋਈ ਧੱਕੇਸ਼ਾ ਹੀ ਨਹੀਂ ਕਰਨੀ ਤੇ ਟੁੱਟ ਜੂਗਾ ਇਹ ਭਲਾ ਪੈਸੇ ਬਚਾਉਂਦੇ ਬਚਾਉਂਦੇ ਲਵਾਉਣ ਦਾ ਥਾਂ ਬਣਾ ਲਓ ਆਰਾਮ ਨਾਲ ਲੋਕ ਜੇ ਹੁੰਦੇ ਆ ਕੋਈ ਬਾਲਾ ਵੱਡਾ ਉਹ ਨਹੀਂ ਘਾਣ ਬਸ ਆਹ ਰਾਮ ਨਾਲ ਨੂੰ ਉਹਨਾਂ ਦੀ ਜਗ੍ਹਾ ਤੇ ਫਿੱਟ ਜਾ ਕਰਕੇ ਥੋੜਾ ਜੰਨ ਅੰਦਰ ਹਲਕਾ ਜਿਹਾ ਪ੍ਰੈਸ ਕਰਨਾ ਤਾਂ ਬਿਲਕੁਲ इजीली ਆਰਾਮ ਨਾਲ ਇਹ ਲੱਗ ਵੀ ਜਾਂਦੇ ਆ ਤੇ ਬਾਹਰ ਵੀ ਨਿਕਲ ਆਉਂਦੇ ਆ ਤਾਂ ਵੀਡੀਓ ਦੋਸਤੋ ਚੰਗੀ ਲੱਗੀ ਤਾਂ ਦਰਸ਼ਕਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ